ਹੈਲੋ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਧਮਾਨ ਟਰੈਕਟਰ ਵਰਕਸ਼ਾਪ ਤੋਂ, ਪਿੰਡ ਜਨੌਦਾ ਕਲਾਂ, ਜ਼ਿਲ੍ਹਾ ਪਟਿਆਲਾ ਤੋਂ। ਆਹ ਟਰੈਕਟਰ ਆਪਾਂ ਸੋਨਾਲੀਕਾ ਆਰ ਐਕਸ 17 ਮਾਡਲ 750। ਇਹਦੇ ਬਾਈ ਜੀ ਆਪਣੇ ਹਾਈ ਲੋ ਮੀਡੀਅਮ ਬਣਾ ਕੇ ਗੇਅਰ ਲਾਇਆ ਏ ਬੀ ਸੀ ਸਪੀਡਾਂ ਦੇ ਵਿੱਚ। ਇਹਦਾ ਲੀਵਰ ਬਣਾ ਕੇ ਲਾਇਆ ਸਾਈਡ 'ਤੇ ਆਪਾਂ ਨੇ। ਆਹ ਕੰਪਨੀ ਦਾ ਲੋ ਆ ਗਿਆ ਹਾਈ ਲੋ, ਜਿਹੜਾ ਪਹਿਲਾਂ ਹੁੰਦਾ ਐਡਾ ਆਪਾਂ ਬਣਾ ਕੇ ਲਾਇਆ। ਇਹ ਬਿਲਕੁਲ ਕੋਈ ਕੱਟ ਵੱਢ ਨਹੀਂ, ਬਿਲਕੁਲ ਜਿਵੇਂ ਟਰੈਕਟਰ ਹੈ ਉਸ ਤਰ੍ਹਾਂ ਹੈ। ਸਾਰਾ ਓਰੀਜਨਲ ਸਮਾਨ ਹੈ, ਫੁੱਲ ਗਰੰਟੀ ਹੈ। ਕਿਸੇ ਦਾ ਮਰਜ਼ੀ ਕੰਮ 'ਤੇ ਲਾਓ, ਮਤਲਬ ਹੁਣ ਤੁਹਾਨੂੰ ਇਹਦੀ ਸਪੀਡਾਂ ਚੈੱਕ ਕਰਾਉਣਾ ਚਲਾ ਕੇ ਵੀ ਕੰਪਨੀ ਦੇ ਲੋ ਨੂੰ ਆਪਣੇ ਲੋ ਦਾ ਕਿੰਨਾ ਫਰਕ ਪਿਆ। ਪਹਿਲਾਂ ਕੰਪਨੀ ਦਾ ਲੋ ਪਹਿਲੇ ਲੋ ਚਲਾ ਕੇ ਚੈੱਕ ਕਰਾਓ। ਲਖਵਿੰਦਰ ਸਿੰਘ ਜੀ, ਪਹਿਲੇ ਲੋ 'ਚ ਕੰਪਨੀ ਵਾਲੇ 'ਚ ਹਜ਼ਾਰ ਰੁਪਏ ਮੈਂ ਕਰਨਾ, ਹਜ਼ਾਰ ਹਜ਼ਾਰ ਚੱਕਰਾਂ 'ਤੇ ਕੰਪਨੀ ਦਾ ਪਹਿਲਾ ਲੋ ਦਾ ਤੋੜਾ ਦੇਖੋ। ਹੁਣ ਆਪਣਾ ਲੋ ਲਾ ਕੇ ਦਿਖਾ ਦੇ, ਡਬਲ ਲੋ ਜਿਹੜਾ ਆਪਾਂ ਲਾਇਆ ਹੁਣ ਇਹਦੇ ਕਿੰਨਾ ਫਰਕ ਹੈ ਦੇਖੋ। ਜਮੀ ਸਲੋ ਹੈ, ਕੰਪਨੀ ਦੇ ਲੋ ਨਾਲੋਂ 5 ਗੁਣਾ ਸਪੀਡ ਘੱਟ ਗਈ ਇਹਦੀ। ਬਾਕੀ ਸਾਰੇ ਗੇਅਰਾਂ 'ਚ ਉਸ ਤਰ੍ਹਾਂ ਕੰਮ ਕਰੂਗਾ, ਦੂਸਰੇ 'ਚ ਪਾਲਾਂਗੇ ਤੇਜ਼ ਹੋ ਜੂਗਾ, ਤੀਸਰੇ 'ਚ ਹੋਰ ਤੇਜ਼ ਆ। ਇਹਦਾ ਟਾਪ ਲੋ ਵੀ ਸਾਡੇ ਵਾਲਾ ਦਾ ਟਾਪ ਲੋ ਲਾਇਆ, ਕੰਪਨੀ ਦੇ ਪਹਿਲੇ ਲੋ ਨਾਲੋਂ ਘੱਟ ਰਹਿੰਦਾ, ਇੰਨੀ ਸਪੀਡ ਸਲੋ ਹੈ। ਟਾਪ ਲੋ ਪਾ ਕੇ ਦਿਖਾ ਦੇ, ਆਹ ਕੰਪਨੀ ਵਾਲੇ ਪਹਿਲੇ ਲੋ ਨਾਲੋਂ ਇਹਦੀ ਸਪੀਡ ਹਜੇ ਵੀ ਘੱਟ ਹੈ ਟਾਪ ਲੋ ਦੀ ਸਾਡੇ ਵਾਲੇ ਦੀ। ਸੋਨਾਲੀਕਾ ਆਰ ਐਕਸ ਮਾਡਲ 17 ਮਾਡਲ ਹੈ। ਹਾਂਜੀ ਬਾਈ ਜੀ, ਵੀਡੀਓ 'ਚ ਚੰਗੀ ਲੱਗੀ ਸ਼ੇਅਰ ਕਰਿਓ। ਵਰਕਸ਼ਾਪ ਦਾ ਨੰਬਰ ਹੈਗਾ 99-152-94-773, ਪਿੰਡ ਜਨੌਦਾ ਕਲਾਂ, ਜ਼ਿਲ੍ਹਾ ਪਟਿਆਲਾ, ਧਮਾਨ ਟਰੈਕਟਰ ਵਰਕਸ਼ਾਪ। ਉਹ ਬਾਈ ਜੀ ਆਪਣੇ ਲਖਵਿੰਦਰ ਸਿੰਘ ਜੀ ਚਲਾ ਰਹੇ ਨੇ।